ਬਲਜੀਤ ਕੌਰ ਆ ਜੀ, ਕਰਾਈਵਾਲਾ ਦੀ ਰਹਿਣ ਵਾਲੀ ਹਾਂ ਜੀ। ਮੈਂ ਅਤੇ ਮੇਰੀ ਮੰਮੀ ਦੋਨੇ ਇਕੱਠੇ ਰਹਿੰਦੇ ਹਾਂ ਜੀ, ਕਿਉਂਕਿ ਮੇਰਾ ਤਲਾਕ ਹੋਇਆ ਹੋਇਆ ਜੀ। ਮੇਰੇ ਪਾਪਾ ਦੀ ਡੈਥ ਹੋਈ ਨੂੰ 8 ਸਾਲ ਹੋ ਗਏ ਜੀ। ਉਸ ਤੋਂ ਬਾਅਦ ਅੱਧੀ ਜ਼ਮੀਨ ਮੇਰੇ ਭਰਾ ਨੂੰ ਦੇ ਦਿੱਤੀ ਗਈ, ਉਹਦੇ ਨਾਮ ਲੱਗੀ ਹੈ ਜੀ ਬਾਈਕ ਨਾਲਾ। ਬਾਈਕ ਨਾਲਾ ਮੇਰੀ ਮਾਤਾ ਕੋਲ ਹੈ ਜੀ। ਮੇਰੀ ਮਾਤਾ ਵਾਲੀ ਜ਼ਮੀਨ 'ਤੇ ਵੀ ਉਹ ਕਬਜ਼ਾ ਕਰੀ ਬੈਠਾ ਜੀ। ਸਾਨੂੰ ਬਹੁਤ ਪਰੇਸ਼ਾਨ ਕੀਤਾ ਜੀ, ਅਤੇ ਅਸੀਂ ਸਾਨੂੰ ਘਰੋਂ ਕੱਢ ਦਿੱਤਾ ਜੀ। ਅਸੀਂ 5-6 ਦਿਨ ਹੋ ਗਏ ਅਸੀਂ ਗੁਰਦੁਆਰਾ ਸਾਹਿਬ ਬੈਠੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਸਾਡੀ ਕੋਈ ਚਿੰਤਾ ਨਹੀਂ ਕਿਸੇ ਨੂੰ। ਇਸ ਲਈ ਸਾਡੀ ਬੇਨਤੀ ਹੈ, ਸਾਨੂੰ ਘਰ ਵੜਿਆ ਜਾਵੇ, ਅਸੀਂ ਕੰਧ ਕੱਢੀ ਜਾਵੇ ਸਾਡੇ, ਤਾਂ ਜੋ ਸਾਡੇ ਘਰ ਕੋਈ ਵੀ ਆ ਸਕੇ। ਕਿਸੇ ਰਿਸ਼ਤੇਦਾਰ ਨੂੰ ਆਉਣ ਦਿੱਤਾ ਨਹੀਂ ਜਾਂਦਾ। ਜਿਹੜੀ ਗੱਲ ਕੀਤੀ ਤੁਸੀਂ ਤਲਾਕ ਹੋਇਆ, ਤਲਾਕ ਹੋਇਆ ਜਿਹੜਾ, ਕੋਈ ਕੀ ਸੀ ਮਾਮਲਾ ਸਾਹਿਬ? ਮੇਰਾ ਤਲਾਕ ਹੋਇਆ ਸੀ, ਮੈਨੂੰ 3 ਲੱਖ ਰੁਪਇਆ ਮਿਲਿਆ ਸੀਗਾ ਜੀ। ਉਹ 3 ਲੱਖ ਰੁਪਏ ਨੂੰ 12 ਸਾਲ ਹੋ ਗਏ ਜੀ, 12 ਸਾਲ ਦਾ ਖਾ ਚੁੱਕਿਆ ਜੀ। ਉਹ ਮੈਨੂੰ ਕੋਈ ਰੁਪਇਆ ਨਹੀਂ ਵਾਪਸ ਕਰਦਾ। ਜੇ ਮੈਨੂੰ ਕੋਈ ਪੈਸੇ ਹੋਣ ਮੈਂ ਆਪਣੀ ਦਵਾਈ ਬੂਟੀ ਲੈ ਲਾ। ਮੇਰੇ ਹੁਣ ਡਾਕਟਰ ਕਹਿੰਦੇ ਆ ਵੀ ਤੇਰੇ ਦਿਮਾਗ 'ਚ ਨੁਕਸ ਹੈ, ਕਿ ਤੇਰੇ ਦਿਮਾਗ ਦੀਆਂ ਨਸਾਂ ਬਹੁਤ ਬਰੀਕ ਜਿਹੜੀਆਂ ਚਿਪ ਗਈਆਂ। ਤੁਸੀਂ ਕੀ ਮੰਗ ਕਰ? ਮੈਂ ਇਹ ਮੰਗ ਕਰਦੀ ਹਾਂ ਕਿ ਮੇਰੀ ਸਾਡੀ ਮੇਰੀ ਮਾਤਾ ਦੀ ਜ਼ਮੀਨ ਵਾਪਸ ਕੀਤੀ ਜਾਵੇ, ਅਤੇ ਸਾਨੂੰ ਅਸੀਂ ਕਿਸੇ ਨੂੰ ਠੇਕੇ ਦੇ ਕੇ ਆਪਣਾ ਗੁਜ਼ਾਰਾ ਕਰ ਸਕੀਏ, ਅਤੇ ਸਾਨੂੰ ਘਰ ਵੀ ਵਾਪਸ ਦਿੱਤਾ ਜਾਵੇ, ਜਿਸ ਕਰਕੇ ਉਹ ਕਬਜ਼ਾ ਕਰੀ ਬੈਠਾ। ਤੁਸੀਂ ਜਾ ਕੇ ਦੇਖ ਸਕਦੇ ਹੋ। ਮੇਰਾ ਨਾਮ ਸੁਖਦੇਵ ਕੌਰ ਹੈ ਜੀ। ਕਿਹੜੇ ਪਿੰਡ ਤੋਂ? ਮੈਂ ਪਿੰਡ ਕਰਾਈ ਵਾਲੇ ਤੋਂ ਹਾਂ ਜੀ। ਕੀ ਮਾਮਲਾ? ਅਤੇ ਮੇਰੇ ਘਰਾਂ ਵਾਲੇ ਨੂੰ ਡੈਥ ਹੋਈ ਨੂੰ 7 ਸਾਲ ਹੋ ਗਏ ਜੀ, ਅਤੇ ਮੁੰਡਾ ਦਾ ਵੀ ਮਾਡ ਹੋਣ ਅਮਰੀਕ ਸਿੰਘ, ਅਤੇ ਮੈਂ ਉਹਨੂੰ ਅੱਧ ਦੇ ਚੁੱਕੀ ਹਾਂ ਆਪਦਾ ਹਿੱਸਾ ਬਾਈਕ ਨਾਲ। ਬਾਈਕ ਨਾਲ ਮੇਰੇ ਕੋਲ ਹੈ ਜੀ, ਨਾਲੇ ਘਰ ਅੱਧਾ ਦੇਗਾ, ਅੱਧਾ ਮੇਰੇ ਕੋਲ ਹੈ ਜੀ। ਫਿਰ ਮੈਨੂੰ ਹੁਣ ਕੁੱਟ ਮਾਰ ਕੇ ਕੱਢਤਾ ਜੀ, ਅਤੇ ਕਬਜ਼ਾ ਕਰੀ ਬੈਠਾ ਘਰ 'ਤੇ ਵੀ ਅਤੇ ਜ਼ਮੀਨ 'ਤੇ ਵੀ, ਅਤੇ ਮੇਰੀ ਬੱਚੀ ਮੇਰੇ ਕੋਲ ਆ, ਅਸੀਂ ਮਾਵਾਂ ਧੀਆਂ ਜੀ ਹੁਣ ਭੁੱਖੀਆਂ ਧੀਆਂ ਬੈਠੀਆਂ। ਹੁਣ ਸਾਡੀ ਕੋਈ ਗੱਲ ਸੁਣੋ ਜੀ ਸਰਕਾਰ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਫੈਸਲਾ ਜੀ, ਅਸੀਂ ਜੀ ਘਰ ਜਾਣਾ ਚਾਹੁੰਦੇ ਹਾਂ ਆਪਦੇ, ਅਤੇ ਅਸੀਂ ਆਪਦੀ ਜ਼ਮੀਨ ਛਡਾਉਣੀ ਚਾਹੁੰਦੇ। ਅਤੇ ਜਿਹੜੀ ਤੁਹਾਡੀ ਬੇਟੀ ਆ ਉਹ ਤੁਹਾਡੇ ਕੋਲ ਕਿਉਂ ਰਹਿੰਦੀ ਆ? ਇਹਦੇ ਜੀ ਤਲਾਕ ਹੋਏ ਸੀਗੇ, ਇਹਦਾ 4 ਲੱਖ ਰੁਪਇਆ। ਨਾਮ ਹੈ ਬਾਈ ਤੁਹਾਡਾ? ਅਮਰੀਕ ਸਿੰਘ ਆ ਜੀ। ਤੁਹਾਡੇ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਆਪਦੀ ਮਾਂ ਅਤੇ ਭੈਣ ਨੂੰ ਘਰੋਂ ਕੱਢ ਦਿੱਤਾ ਗਿਆ। ਉਹ ਤਾਂ ਜੀ ਫਿਤਰਤ ਉਹਨਾਂ ਦੀ ਲਾਈ ਜਾਣ, ਆਪਾਂ ਨੂੰ ਕੀ ਕੋਈ ਸਬੂਤ ਹੋਊਗਾ ਉਹਨਾਂ ਕੋਲ, ਕੋਈ ਵੀਡੀਓ ਹੋਊਗੀ, ਕੋਈ ਧੱਕੇ ਮਾਰਨ ਦਾ ਕੋਈ ਜਗਾੜਮੈਂਟ ਹੋਊਗਾ ਉਹਨਾਂ ਕੋਲ, ਅਤੇ ਉਹ ਆਪਾਂ ਨੂੰ ਮੰਨ ਲਾ ਵੀ ਵਿਖਾ ਸਕਦੀਆਂ। ਕੋਈ ਇਹੋ ਜਿਹਾ ਕੋਈ ਗੱਲ ਨਹੀਂ ਗੀ ਨਾ, ਅਸੀਂ ਇਹੋ ਜਿਹਾ ਆਂਢ ਗੁਆਂਢ ਪੁੱਛੋ, ਪਿੰਡ 'ਚ ਵੀ ਪੁੱਛੋ ਤੁਸੀਂ ਵੀ ਉਹਨਾਂ ਨੇ ਵੀ ਕਿਉਂ ਇਹ ਕੁਛ ਕਿਹਾ। ਅਤੇ ਇੱਕ ਤੁਹਾਡੇ ਦੇ ਇਲਜ਼ਾਮ ਲਾ ਰਿਹਾ ਕਿ ਤੁਹਾਡੇ ਭੈਣ ਦਾ ਤਲਾਕ ਹੋਇਆ ਸੀ ਅਤੇ ਤੁਸੀਂ ਉਹ ਪੈਸੇ ਖਾ ਗਏ। ਕਦੋਂ ਫੜਾਏ ਆ ਜੀ ਮੈਨੂੰ ਉਹ ਦੱਸਣ, ਮੇਰੇ ਅਕਾਊਂਟ 'ਚ ਪਵਾਏ ਜਾਂ ਮੈਨੂੰ ਨਕਦ ਫੜਾਏ ਆ ਉਹ ਵੀ ਦੱਸਣ ਮੈਨੂੰ, ਵੀ ਕਿਹੜੇ ਵੇਲੇ ਖਾਧੇ ਆ, ਕਦੋਂ ਖਾਧੇ ਆ।